ਤੇ ਜਿੱਦਾਂ ਨਕੌਦਰ ਦਾ ਨਾਮ ਸੀਗਾ ਹੁਣ ਦੂਸਰੇ ਨੰਬਰ ਤੇ ਫਿਰ ਬਕਰਪੁਰ ਆ ਰਿਹਾ ਜੀ ਵੀ ਨਾਮ ਕਾਫੀ ਹੋਰ ਨਕੌਦਰ ਮੰਨ ਲਾ ਬਾਬਾ ਜੀ ਫਿਰ ਉਹੀ ਸਰਨ ਚੋਂ ਨੇ ਉਹਨਾਂ ਚ ਬਾੜਾ ਦੇ ਵਿੱਚ ਪਏ ਸੀ ਕੁੰਡਲ ਤੇ ਚਾਦਰਾਂ ਬੜਾ ਫੱਬਦਾ ਸੀ ਤੇ ਇਹ ਕਿਤਨੇ ਕਿਤੇ ਮੁਰਾਸ਼ਾ ਸਰਕਾਰ ਦੇ ਤੇ ਕੋਈ ਅੰਦਰੋਂ ਨਿਕਲ ਕੇ ਫਕੀਰੀ ਆਈ ਆ ਉਹ ਉਹਦਾ ਹੀ ਨਾਮ ਵੱਜਦਾ ਠੰਡੀ ਹਵਾ ਲੱਗੀ ਐ ਆਈ ਆ ਸਾਰਿਆਂ ਨੂੰ ਸ਼ਾਨ ਕੁਦਰਯਾ ਦੱਸਿਆ ਉਹਨੇ ਸ਼ਾਨ ਕੁਦਰ ਬਾਕਰਪੁਰ ਦਰਬਾਰ ਹੋ ਗਿਆ ਉਹ ਤਾਂ ਘਾਟੂ ਉਮਰ ਦੇ ਵਿੱਚ ਫਕੀਰ ਬਣੇ ਨੇ ਬਣੇ ਨੇ ਸਰਿੰਦਰ ਸ਼ਾਹ ਜੀ ਬਹੁਤ ਘਾਟੂ ਉਮਰ ਹੈ 5 ਸਾਲ ਦੇ ਸੀਗੇ ਸਰਕਾਰ ਜਦੋਂ ਜਦੋਂ ਆਪਣੇ ਗੁਰੂ ਜਣਾ ਕੋਲ ਆ ਕੇ ਮਾਤਾ ਜੀ ਛੱਡ ਕੇ ਗਏ ਬਾਬਾ ਜੀ ਨੂੰ ਇਹ ਹਿਸਾਬ ਨਾਲ ਅੱਜ 32 33 ਸਾਲ ਦੀ ਉਮਰ ਹੈ ਤੇ ਸਿਰ 'ਚ ਰੋੜੇ ਖਾਦੇ ਆ ਤੇ ਜਦੋਂ ਰੋੜੇ ਖਾਦੇ ਸਿਰ ਦੇ ਵਿੱਚ ਦਾਤਾ ਸਰਕਾਰ ਨੇ ਔਰ ਬਾਹਰ ਬੈਠਣਾ ੱੱੱਕੇ ਮਾਰ ਕੇ ਬਾਹਰ ਕੱਢਦਾ ਜਾ ਓਏ ਤੇਰੇ ਵਾਸਤੇ ਇਹ ਇਮਤਿਹਾਨ ਹੁੰਦਾ ਜਾਂ ਨਹੀਂ ਤੇਰੇ ਵਾਸਤੇ ਬਕੀਰੀ ਫੇਰ ਵੀ ਐ ਬੈਠੇ ਰਹਿਣਾ ਬਾਹਰ ਫੇਰ ਸਰਕਾਰਾਂ ਦੇ ਗੁਰੂ ਜੀ ਗੁਰੂ ਜਨਾਂ ਨੇ ਬੁਲਾਉਣਾ ਓਏ ਬਾਹਰੋਂ ਬੁਲਾ ਕੇ ਲਿਆ ਓਏ ਇੱਕ ਮੁੰਡਾ ਬੈਠਾ ਤੇ ਕਹਿੰਦੇ ਆਹ ਟੀ-ਸ਼ਰਟ ਲੋਰ ਦੇ ਮੇਰੇ ਕੰਨੀ ਸੁੱਟ ਕੇ ਕਹਿੰਦਾ ਜਾ ਓਏ ਜਿਹੜੀ ਕਹਿੰਦਾ ਟੀ-ਸ਼ਰਟ ਪਾਣੀ ਚ ਕੋਤ ਸਰਵ ਚ ਭਿਗਿਆ ਉਹਨਾਂ ਪਾ ਕੇ ਦੇ ਜੀ ਕਹਿੰਦਾ ਆਹ ਪਾ ਦੇ ਜੀ ਹਜੂਰ ਮੈਨੂੰ ਪਤਾ ਸੀ ਨਾ ਮੈਂ ਟੀ-ਸ਼ਰਟ ਲੋਰ ਘਰੇ ਭਿਗੇ ਗਿਆ ਸਰਵ ਚ ਉਹ ਬਾਪੂ ਨੂੰ ਮੇਰਾ ਮੇਰਾ ਹੋਰ ਜਿਆਦਾ ਇੱਕ ਵਿਸ਼ਵਾਸ ਵੱਜ ਗਿਆ ਉਹ ਜਿਉਂਦੇ ਨੇ ਨਾ ਮਰਦੇ ਨੇ ਇਹਨਾਂ ਆਸ਼ਕਾਂ ਬਾਰੇ ਕੀ ਪੁੱਛਦਾ ਸਾਬਰ ਮੀਆਂ ਇਹ ਆਸ਼ਕ ਆਪਣਾ ਕੰਮ ਕਰ ਗਏ ਨੇ ਇਹ ਆਸ਼ਕ ਆਪਣਾ ਕੰਮ ਕਰ ਗਏ ਨੇ ਅਕੀ ਦੇਖਿਆ ਬਾਜੀ ਕੈਂਸਰ ਵਰਗੇ ਰੋਗ ਠੀਕ ਹੋ ਜਾਂਦੇ ਜਿਹਦਾ ਇਲਾਜ ਨਹੀਂ ਹੈਗਾ ਉਹ ਜਿੰਨਾ ਮਾਵਾਂ ਨੇ ਆਸ ਛੱਡ ਦਿੱਤੀ ਸੀਗੀ ਵੀ ਸਾਡੀ ਕੁੱਖ ਕਦੇ ਹਰੀ ਨਹੀਂ ਹੋਣੀ ਮੈਂ ਨਹੀਂ ਮੈਂ ਮੈਨੂੰ ਪਿਆਰ ਹੋ ਗਿਆ ਮੈਂ ਨਹੀਂ ਮੈਂ ਮੈਨੂੰ ਪਿਆਰ ਤੇ ਅੱਜ ਕੱਲ੍ਹ ਸ੍ਰਿੰਦਰ ਸ਼ਾਹ ਬਾਬਾ ਜੀ ਦਾ ਕਾਫੀ ਨਾਮ ਹੋ ਰਿਹਾ ਕਾਫੀ ਉਹਨਾਂ ਦੇ ਵੀਡੀਓ ਵਾਇਰਲ ਹੋ ਰਿਹਾ ਨੇ ਤੇ ਤੁਸੀਂ ਵੀ ਉੱਥੇ ਜਾਣਦੇ ਹੋ ਬਖਰਪੁਰ ਬਿਲਕੁਲ ਜੀ ਸਾਈ ਸੁਰੇਂਦਰ ਸ਼ਾਹ ਸਰਕਾਰ ਉਹ ਉਹ ਪੀਰ ਉਹ ਉਹ ਮੁਰਸ਼ਿਦ ਉਹ ਗੁਲਾਮ ਸਾਈ ਸੁਰੇਂਦਰ ਸ਼ਾਹ ਸਰਕਾਰ ਜਿਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਮੁਸੀਬਤਾਂ ਤੋਂ ਟਾਲਿਆ ਬਚਾਇਆ ਮੈਂ ਭਾਜੀ ਮੇਰਾ 19-20 ਸਾਲ ਦਾ ਐਕਸਪੀਰੀਅੰਸ ਹੈ ਗਾਇਕੀ ਦਾ ਮੈਂ ਪਹਿਲੇ ਵੀ 10 ਘੜੀਆਂ ਦੇ ਕੁਵਾਲੀਆਂ ਦੇ ਪ੍ਰੋਗਰਾਮ ਕੀਤੇ ਮੈਂ ਬਹੁਤ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਬਹੁਤ ਸਾਰੇ ਮੈਂ ਦਰਗਾਮਾਂ ਤੇ ਗਾਇਆ ਬਹੁਤ ਮੈਂ ਹਰਿਆਣੇ ਦਾ ਕੋਈ ਕੋਨਾ ਨਹੀਂ ਛੱਡਿਆ ਪੰਜਾਬ ਚ ਬਹੁਤ ਗਾਇਆ ਰਾਜਸਥਾਨ ਚ ਗਿਆ ਹਿਮਾਚਲ ਚ ਮੈਂ ਗਿਆ ਮੈਂ ਯੂਪੀ ਚ ਬਹੁਤ ਗਿਆ ਇਥੋਂ ਤੱਕ ਕਿ ਮੈਂ ਜੰਮੂ ਤੋਂ ਵੀ ਗਾ ਕੇ ਆਇਆ ਤੇ ਰਾਜਸਥਾਨ ਦੀ ਵੀ ਬਹੁਤ ਸਾਰੀਆਂ ਸ਼ਹਿਰਾਂ ਚ ਮੈਂ ਗਿਆ ਮੈਂ ਦਿੱਲੀ ਚ ਵੀ ਬਹੁਤ ਗਿਆ ਉਤਰਾਖੰਡ ਚ ਗਿਆ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਬਹੁਤ ਸਾਰੇ ਜਗ੍ਹਾ ਤੇ ਗਿਆ ਮੈਨੂੰ ਇਹੋ ਜਿਹਾ ਪੀਰ ਨਹੀਂ ਕਿਥੇ ਲੱਭਾ ਕਿਉਂਕਿ ਬਹੁਤ ਸਾਰੇ ਜਿਹੜੇ ਇਹ ਦਰਬਾਰ ਨੇ ਲੋਕਾਂ ਨੇ ਧੰਦੇ ਬਣਾਏ ਹੋਏ ਆ ਤੇ ਇੱਥੇ ਤੁਸੀਂ ਗਏ ਵੀ ਹੋਵੋਗੇ ਜਾਂ ਸੁਣਿਆ ਹੋਊਗਾ ਇੱਥੇ ਲੋਕਾਂ ਨੂੰ ਦਿੱਤਾ ਜਾਂਦਾ ਲਿਆ ਕੁਝ ਨਹੀਂ ਜਾਂਦਾ ਲੱਖਾਂ ਦੇ ਹਿਸਾਬ ਨਾਲ ਰੁਪਏ ਆਏ ਔਰ ਦਾਤਾ ਜੀ ਨੇ ਪਬਲਿਕ ਨੂੰ ਦੇ ਦਿੱਤੇ ਇਹ ਕੋਈ ਨਾਂ ਬਣਾਉਣ ਵਾਸਤੇ ਨਹੀਂ ਕਿਉਂਕਿ ਉਹਨਾਂ ਨੇ ਸਿਰਫ ਫਕੀਰੀ ਨੂੰ ਪਿਆਰ ਕੀਤਾ ਉਹਨਾਂ ਨੇ ਮੁਰਸ਼ਦ ਨੂੰ ਪਿਆਰ ਕੀਤਾ ਉਹਨੇ ਆਪਣੇ ਯਾਰ ਨੂੰ ਆਪਣੇ ਖਸਮ ਨੂੰ ਰਾਜ਼ੀ ਕੀਤਾ ਉਹ ਦਾਤਾ ਜੀ ਕਹਿਣ ਲੱਗੇ ਇੱਕ ਵਾਰੀ ਸਵਾਲ ਪੈਦਾ ਹੋਇਆ ਸੀਗਾ ਸਾਰਥੀ ਕੇ ਭਜੀ ਦੇ ਘਰੇ ਦੀਵਾ ਬੱਬਾ ਜੀ ਆ ਆ ਸੂਟ ਤੁਹਾਡੇ ਲਈ ਲੈ ਕੇ ਆਇਆ ਜੀ ਆ ਉੱਪਰ 1100 ਰੁਪਏ ਬਾਪੂ ਕਹਿੰਦਾ ਮੈਂ ਇੱਕ ਸ਼ਰਤ ਤੇ ਲਵਾਂਗਾ ਜਦੋਂ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਸਰਕਾਰ ਨਾਲ ਕਹਿੰਦਾ ਮੈਂ ਇੱਕ ਸ਼ਰਤ ਤੇ ਲਵਾਂਗਾ ਸਾਰਥੀ ਕੇ ਵੀਰ ਨੂੰ ਕਹਿਣ ਲੱਗੇ ਵੀ ਮੈਂ ਲੈ ਤ ਲਵਾਂਗਾ ਪਰ ਮੈਂ ਮੁੜ ਕੇ ਤਿਰ ਕਰ ਨਹੀਂ ਆਉਂਗਾ ਕਹਿੰਦਾ ਇਨਾਂ ਚੀਜ਼ਾਂ ਨੂੰ ਤਿਆਗ ਕੇ ਤੇ ਮੈਂ ਫਕੀਰੀ ਲਈ ਹੈ ਮੈਂ ਨਾ ਚੀਜ਼ਾਂ ਤੋਂ ਮੋਹ ਮਾਇਆ ਤੋਂ ਦੂਰ ਹੋ ਕੇ ਤੇ ਫਕੀਰ ਬਣਿਆ ਤੁਸੀਂ ਮੈਨੂੰ ਦੁਬਾਰਾ ਉਸ ਚੱਕਰ ਚ ਪਾਉਣਾ ਚਾਹੁੰਦੇ ਹੋ ਅਸੀਂ ਉਸ ਚੀਜ਼ ਤੋਂ ਬਹੁਤ ਕੁਝ ਸਿੱਖਿਆ ਬਈ ਨਹੀਂ ਇਹ ਫਕੀਰ ਉਹਨ ਇਹ ਦੁਨੀਆ ਨੂੰ ਤਾਰਨ ਆਇਆ ਔਰ ਸਭ ਤੋਂ ਵੱਡੀ ਉਸ ਦਰਬਾਰ ਦੀ ਗੱਲ ਪਤਾ ਕੀ ਹੈ ਭਾਜੀ ਉਸ ਦਰਬਾਰ ਦੀ ਇੱਕ ਗੱਲ ਕਹਿਣ ਲੱਗਾ ਸ਼ਾਇਦ ਮੈਂ ਛੋਟਾ ਮੂੰਹ ਵੱਡੀ ਗੱਲ ਕਹਿਣ ਲੱਗਾ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੁੜੇ ਹੋ ਤੁਸੀਂ ਪਵਿੱਤਰ ਗ੍ਰੰਥ ਗੀਤਾ ਨਾਲ ਜੁੜੇ ਹੋ ਤੁਸੀਂ ਕੁਰਾਨ ਨਾਲ ਜੁੜੇ ਹੋ ਬਾਈਬਲ ਨਾਲ ਜੁੜੇ ਹੋ ਸਾਰੇ ਧਰਮਾਂ ਦੇ ਗ੍ਰੰਥ ਕਿਸੇ ਨਾਲ ਜੁੜੇ ਹੋ ਤੁਹਾਨੂੰ ਉਸ ਦਰਬਾਰ ਦੇ ਵਿੱਚ ਇਹ ਨਹੀਂ ਕਿਹਾ ਜਾਊਗਾ ਵੀ ਤੁਸੀਂ ਇਧਰ ਨਹੀਂ ਇਧਰ ਆਉਣਾ ਤੁਸੀਂ ਇਧਰ ਨਹੀਂ ਇਧਰ ਆਉਣਾ ਇੱਕੋ ਹੀ ਗੱਲ ਬਾਰ ਬਾਰ ਕਹੀ ਜਾਂਦੀ ਵੀ ਜਿੱਥੇ ਤੁਹਾਡੀ ਲੱਗੀ ਹੈ ਤੇ ਲੱਗੀ ਰਹਿਣ ਦਿਓ ਲੋਕੀ ਕਹਿੰਦੇ ਠੱਗੀ ਹੈ ਤੇ ਠੱਗੀ ਰਹਿਣ ਦਿਓ 13 ਤੋਂ ਲੈ ਕੇ 26 ਐ ਤੇ 26 ਰਹਿਣ ਦਿਓ ਜਿੱਥੇ ਤੁਹਾਡੀ ਲੱਗੀ ਲੱਗੀ ਰਹਿਣ ਦਿਓ ਦਾਤਾ ਸਰਕਾਰ ਜਿਹੜੇ ਜਿਨ੍ਹਾਂ ਦੇ ਸਿਰ ਤੇ ਦਸਤਾਰ ਹੋਵੇ ਬਾਪੂ ਅੱਖਾਂ ਚੋ ਹੰਜੂ ਲਿਆ ਕੇ ਉਹ ਉਹਨਾਂ ਦਾ ਦਿਲ ਪਰ ਆਉਂਦਾ ਜਦੋਂ ਕਿਸੇ ਪੱਗ ਵਾਲੇ ਵੀਰ ਨੂੰ ਬਾਪੂ ਦੇਖਦਾ ਉਹ ਕਹਿੰਦਾ ਵੀ ਉਹ ਸ਼ੇਰੋ ਤੁਸੀਂ ਆਉਂਦੇ ਨਾ ਮੇਰੇ ਕਦੇ ਵੀ ਜ਼ਿੰਦਗੀ ਚ ਪੈਰੀ ਹੱਥ ਨਹੀਂ ਲਾਉਣੇ ਕਿਉਂ ਕਹਿੰਦੇ ਇਹ ਦਸਤਾਰ ਸਾਨੂੰ ਐ ਨਹੀਂ ਮਿਲੀ ਉਹ ਬਾਜਾਂ ਵਾਲੇ ਮਾਹੀਰੇ ਕਹਿੰਦੇ ਆਪਣਾ ਪਰਿਵਾਰ ਵਾਰ ਕੇ ਦਸਤਾਰ ਲਈਏ ਇਹ ਸਰਕਾਰ ਹਮੇਸ਼ਾ ਕਹਿੰਦੇ ਕਹਿੰਦਾ ਪਹਿਰੀ ਹੱਥ ਨਹੀਂ ਕਿਸਨੇ ਲਾਉਣੀ ਔਰ ਜੇ ਕੋਈ ਭੈਣ ਆ ਜੂਗੀ ਮੈਨੂੰ ਨਹੀਂ ਲੱਗਦਾ ਮੈਂ ਬਹੁਤ ਸਾਰੇ ਦਰਬਾਰਾਂ ਤੇ ਗਏ ਲੋਕੀ ਆਇਆ ਕਰਕੇ ਮੱਥਾ ਮਾਰਦੇ ਖੇਡਦੇ ਆ ਮੈਨੂੰ ਅੱਜ ਕਾਫੀ ਟਾਈਮ ਟਾਈਮ ਨਹੀਂ ਦੱਸਣਾ ਕਿੰਨਾ ਟਾਈਮ ਹੋ ਗਿਆ ਮੈਂ ਜਾ ਰਿਹਾ ਮੈਂ ਨਹੀਂ ਦੇਖਿਆ ਕਿਸੇ 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 ਭੈਣ ਨੇ ਉਥੇ ਸਿਰ ਮਾਰਿਆ ਹੋਵੇ ਕਿਸੇ ਕਿਸੇ ਭਰਾ ਨੇ ਤੇ ਸਿਰ ਮਾਰਿਆ ਹੋਵੇ ਉਹ ਦਰਬਾਰ ਚ ਵੜਦੇ ਸਾਰੇ ਤੁਹਾਨੂੰ ਪੋਜ਼ਿਟਿਵਿਟੀ ਮਿਲਣੀ ਸ਼ੁਰੂ ਹੋ ਜਾਂਦੀ ਤੁਸੀਂ ਗਏ ਔਰ ਤੁਹਾਨੂੰ ਅੱਧਾ ਦੁੱਖ ਤੇ ਤੁਹਾਨੂੰ ਉਹਦਾ ਨੂਰ ਦੇ ਕੇ ਦੂਰ ਹੋ ਜਾਂਦੇ ਆ ਜਦੋਂ ਤੁਹਾਨੂੰ ਤੁਹਾਡੇ ਗੁਰੂ ਦੀ ਹੀ ਗੱਲ ਕਹਿਣਗੇ ਜਦੋਂ ਬਾਜਾਂ ਵਾਲੇ ਮਾਹੀ ਦੀ ਗੱਲ ਕਰਦੇ ਜਦੋਂ ਪਹਿਲੀ ਪਾਸ਼ਾ ਹੀ ਧੰਗ ਗੁਰੂ ਨਾਨਕ ਪਾਸ਼ਾ ਜੀ ਦੀ ਗੱਲ ਕਰਦੇ ਤੇ ਉੱਥੇ ਸਾਡੇ ਅੱਧੇ ਦੁੱਖੋਂ ਹੀ ਦੂਰ ਹੋ ਜਾਂਦੇ ਉਹਨਾਂ ਨੇ ਕਦੇ ਨਹੀਂ ਕਿਹਾ ਕੋਈ ਜੇ ਕੋਈ ਚਰਚ ਚ ਜਾਂਦਾ ਉਹਨੂੰ ਇਹ ਨਹੀਂ ਕਿਹਾ ਤੂੰ ਇੱਥੇ ਆ ਬਾਪੂ ਕਹਿੰਦੇ ਨਹੀਂ ਲੈ ਉਹ ਉਹ ਉਸ ਉਸ ਸਕੂਲ ਦੇ ਵਿੱਚ ਸਾਨੂੰ ਉਹ ਜਿਸ ਜਿਹੜੇ ਅਸੀਂ ਮਤਲਬ ਆਪਾਂ ਕਹਿ ਸਕਦੇ ਜਿਹੜੀ ਸਟੇਟ ਦੀ ਅਸੀਂ ਪੜਾਈ ਪੜ ਰਹੇ ਆ ਨਾ ਸਾਨੂੰ ਉਹੀ ਕਿਤਾਬਾਂ ਚ ਪੜਾਇਆ ਜਾਂਦਾ ਉਥੇ ਵੀ ਆ ਇਦਾਂ ਨਹੀਂ ਇਦਾਂ ਹੀ ਤੇ ਉਹ ਦਰਬਾਰ ਇੱਕ ਐਸਾ ਦਰਬਾਰ ਜਿਹਦੇ ਚ ਬਹੁਤ ਸਾਰੇ ਕਲਾਕਾਰ ਜੁੜੇ ਆ ਬਹੁਤ ਕਲਾਕਾਰਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਬਹੁਤ ਸਾਰੇ ਦਰਬਾਰਾਂ ਦੇ ਨਾਲ ਮਤਲਬ ਉਸ ਦਰਬਾਰ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਮੈਂ ਕਹਣਾ ਵੀ ਤੁਸੀਂ ਉਸ ਦਰਬਾਰ ਬਾਰੇ ਜਿੰਨਾ ਵੀ ਕਹੋਗੇ ਉਨਾ ਹੀ ਥੋੜਾ ਹੈ ਜਿੰਨਾ ਵੀ ਮੇਰੇ ਤੋਂ ਪੁੱਛੋਗੇ ਮੈਂ ਸ਼ਾਇਦ ਉਹਦਾ ਉਹਦੀ ਉਹਦੀ ਸਿਫਤ ਬਿਆਨ ਨਹੀਂ ਕਰ ਸਕਦਾ ਉਹ ਐਸਾ ਦਰਬਾਰ ਹੈ ਉੱਥੇ ਮੁਰਾਦਾਂ ਬਿਲਕੁਲ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ ਜਿਹੜੇ ਸੱਚੋ ਮਨੋਂ ਜਾਂਦੇ ਨੇ ਬਿਲਕੁਲ ਹੁੰਦੀਆਂ ਪਰ ਅਸੀਂ ਇੱਕ 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 ਇਦਾਂ ਦੀ ਚੀਜ਼ ਬਣਾ ਲਈ ਭਾਜੀ ਜਿੱਥੋਂ ਤੱਕ ਬਾਬਾ ਸਾਡੇ ਤੋਂ ਪੈਸੇ ਨਹੀਂ ਲੈ ਲੈਂਦਾ ਜਿੱਥੋਂ ਤੱਕ ਬਾਬਾ ਸਾਨੂੰ ਇਹ ਨਹੀਂ ਕਹਿੰਦਾ ਵੀ ਮੁਰਗੀ ਦਿਓ ਅ ਬੱਕਰਾ ਦਿਓ ਤੇ ਲੋਕ ਇਸ ਚੀਜ਼ ਨੂੰ ਪਤਾ ਕੀ ਕਹਿੰਦੇ ਆ ਵੀ ਬਾਬੇ ਨੇ ਕੰਮ ਕੀ ਕਰਨਾ ਯਾਰ ਬਾਬੇ ਨੇ ਕੀ ਕੰਮ ਕਰਨਾ ਕੀ ਬਾਬੇ ਨੇ ਚ ਉੱਥੇ ਕੁਝ ਨਹੀਂ ਲਿਆ ਜਾਂਦਾ ਬਾਪੂ ਇੱਕ ਗੱਲ ਕਹਿੰਦਾ ਹੁੰਦਾ ਕਹਿੰਦਾ ਓਏ ਕੌਣ ਤੁਸੀਂ ਦੇਣ ਵਾਲੇ ਤੇ ਕੌਣ ਆ ਮੈਂ ਲੈਣ ਵਾਲਾ ਜੇ ਤੁਸੀਂ ਮੈਨੂੰ ਦੇਣਾ ਹੈ ਜੇ ਤੁਸੀਂ ਮੈਨੂੰ ਕੁਝ ਚੜਾਉਣਾ ਹੈ ਆਪਣਾ ਆਪ ਚੜਾਓ ਇਹ ਦਿਲ ਮੈਨੂੰ ਦਿਓ ਇਹ ਆਤਮਾ ਤੋਂ ਇਸ ਦਰਬਾਰ ਨੂੰ ਚੁੱਕੋ ਮੈਨੂੰ ਕੁਝ ਨਹੀਂ ਚਾਹੀ ਬਾਕੀ ਦੇ ਇਥੋਂ ਲੈ ਜਾਓ ਤੇ ਮੈਂ ਆਪਣੇ ਅੱਖੀ ਦੇਖਿਆ ਮੈਂ ਅੱਖੀ ਦੇਖਿਆ ਬਾਜੀ ਕੈਂਸਰ ਵਰਗੇ ਰੋਗ ਠੀਕ ਹੁੰਦੇ ਜਿਹਦਾ ਇਲਾਜ ਨਹੀਂ ਹੈਗਾ ਉਹ ਜਿੰਨਾ ਮਾਵਾਂ ਨੇ ਆਸ ਛੱਡ ਦਿੱਤੀ ਸੀਗੀ ਵੀ ਸਾਡੀ ਕੁੱਖ ਕਦੇ ਹਰੀ ਨਹੀਂ ਹੋਣੀ ਉਹਨਾਂ ਪੀਰਾਂ ਫਕੀਰਾਂ ਦੀ ਐਸੀ ਕਿਰਪਾ ਇਹਨੂੰ ਗੁਰੂਆਂ ਪੀਰਾਂ ਦੀ ਉਹਨਾਂ ਦੇਵੀਆਂ ਦੀ ਦੇਵਤਿਆਂ ਦੀ ਉਹਨਾਂ ਗੁਰਨਾਨਕ ਪਾਸ਼ਾ ਜੀ ਦੇ ਵਿਚਾਰਾਂ ਦੀ ਜਿਹੜੀ ਗੱਲ ਹੈ ਉਹ ਐਸੀ ਕਿਰਪਾ ਹੋਈ ਹੈ ਐਸੀ ਉਹ ਮਾਵਾਂ ਉੱਥੋਂ ਆਪਣੀਆਂ ਝੋੜੀਆਂ ਪਰਕੇ ਗਈਆਂ ਨੇ ਉਹ ਕਿੰਨੇ ਵਿਦੇਸ਼ਾਂ ਦੇ ਵਿੱਚ ਅੱਜ ਭੈਣਾ ਕਿੰਨੇ ਵਿਦੇਸ਼ਾਂ 'ਚ ਭਰਾ ਬੈਠੇ ਹੋ ਰੋਂਦੇ ਉੱਥੇ ਵੀਡੀਓ ਕਾਲ ਦੇ ਦਾਦਾ ਜੀ ਅਸੀਂ ਤੁਹਾਡੇ ਤੋਂ ਦੂਰ ਹੋ ਗਏ ਉਹ ਕਹਿੰਦਾ ਨਹੀਂ ਪੁੱਤ ਤੁਹਾਡਾ ਕੰਮ ਹੈ ਤੁਸੀਂ ਤੁਹਾਨੂੰ ਜਿੱਥੇ ਭੇਜਿਆ ਗਿਆ ਆਪਣਾ ਕੰਮ ਕਰੋ ਕਰਮ ਕਰੋ ਮੇਰਾ ਕੀ ਹੈ ਮੈਂ ਤਾਂ ਤੁਹਾਨੂੰ ਮਿਲਦਾ ਹੀ ਰਹੂੰਗਾ ਉੱਥੇ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਮੇਰੀਆਂ ਮੈਂ ਖੁਦ ਕਹਿ ਰਿਹਾ ਮੈਂ ਇਸ ਇਸ ਫਲੈਟ 'ਚ ਬੈਠਾ ਮੈਂ ਇਸ ਘਰ 'ਚ ਬੈਠਾ ਇਹ ਸਭ ਉਹਨਾਂ ਦੀ ਬਦੌਲਤ ਹੈ ਮੈਂ ਉਹ ਸੀਗਾ 10 ਦਿਨ ਤੁਹਾਡੇ ਕੋਲ 10 ਦਿਨ ਵੀਰ ਕੋਲ 10 ਦਿਨ ਕਿਸੇ ਕੋਲ ਅੱਜ ਮੈਂ ਆਪਣੀ ਖੁਦ ਹੀ ਰੋਟੀ ਖਾ ਰਿਹਾ ਤੇ ਮੈਨੂੰ ਉਹਨਾਂ ਦਾ ਕਰਮ ਮੇਰੇ ਤੇ ਤੁਹਾਡਾ ਕਿਦਾਂ ਰਾਬਤਾ ਬਣੇ ਬਾਬਾ ਜੀ ਦਾ ਫਿਰ ਹਾਂ ਜੀ ਵਾਹ ਕੀ ਬਾਤ ਹੈ ਬਾਪੂ ਨਾਲ ਜਿਹੜਾ ਮੇਰਾ ਪਹਿਲਾ ਜਿਹੜਾ ਵਾਰਤਾ ਹੋਈ ਜਿਹੜੀ ਪਹਿਲੀ ਮੁਲਾਕਾਤ ਹੋਈ ਉਹ ਕੀ ਹੋਇਆ ਕਿ ਇੱਕ ਵਾਰੀ ਸਾਰਥੀ ਕੇ ਵੀਰ ਦਾ ਮੈਨੂੰ ਕਾਲ ਆਇਆ ਉਦੋਂ ਮੈਂ ਨਿਰਵਾਣਾ ਗ੍ਰੀਨ ਚ ਰਹਿੰਦਾ ਹੁੰਦਾ ਸੀਗਾ ਆਪਣੇ ਖਰੜ ਤੇ ਮੈਨੂੰ ਫੋਨ ਆਇਆ ਭਾਜੀ ਦਾ ਭਾਜੀ ਕਹਿੰਦੇ ਵੀ ਕਾਸ਼ੀ ਤੂੰ ਨਾ ਘਰੇ ਆਈ ਸਾਡੇ ਘਰ ਨਾ ਇੱਕ ਮਹਾਂਪੁਰਸ਼ ਇੱਕ ਸੰਤ ਆ ਰਿਹਾ ਬਾਬਾ ਜੀ ਆ ਰਿਹਾ ਤੇ ਆਪਾਂ ਯਾਰ ਕਵਾਲੀਆਂ ਕਰਾਂਗੇ ਔਰ ਮੈਂ ਗੁੱਸੇ ਨਾਲ ਥੋੜਾ ਜਿਹਾ ਕਿਹਾ ਮੈਂ ਭਾਜੀ ਦੇਖੋ ਬਾਬਾ ਹੋਊਗਾ ਤੁਹਾਡੇ ਲਈ ਹੋਊਗਾ ਮੇਰਾ ਕੁਝ ਨਹੀਂ ਲੱਗਦਾ ਮੈਂ ਕਿਉਂਕਿ ਔਰ ਇਹ ਮੈਂ ਦੱਸੂਗਾ ਮੇਰੇ ਮੇਰੇ ਸਰਕਾਰਾਂ ਦੀ ਫੋਟੋ ਉਧਰ ਲੱਗੀ ਆ ਸਾਈ ਰਿੰਕੁਸ਼ਾ ਸਰਕਾਰ ਮੈਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਨੂੰ ਆਪਣੀ ਝੋਲੀ ਚ ਪਵਾਇਆ ਮੇਰੇ ਸਰਕਾਰਾਂ ਨੇ ਰਿੰਕੁਸ਼ਾ ਜੀ ਰਿੰਕੁਸ਼ਾ ਜੀ ਸਾਈ ਰਿੰਕੁਸ਼ਾ ਸਰਕਾਰ ਇਹ ਚੀਕਾ ਗੁੱਲਾ ਚੀਕਾ ਕੈਟਾਲਿਸਟਿਕ ਦੇ ਵਿੱਚ ਪੈਂਦਾ ਉੱਥੇ ਨਾਲ ਇੱਕ ਪਿੰਡ ਹੈ ਖਰੋਦੀ ਉੱਥੋਂ ਦੇ ਮੇਰੇ ਦਾਤਾ ਜੀ ਸੀਗੇ ਹਾਂ ਹੁਣ ਦੇਖੋ ਤੁਸੀਂ ਕਹੋਗੇ ਵੀ ਇਧਰੋਂ ਮੇਰਾ ਇਧਰ ਕਨੈਕਸ਼ਨ ਜੁੜਿਆ ਕਿਵੇਂ ਇਹ ਵੀ ਬਹੁਤ ਵੱਡੀ ਗੱਲ ਤੇ ਮੈਂ ਉਹ ਦਾਤਾ ਸਰਕਾਰ ਦੇ ਉੱਥੇ ਜਿਵੇਂ ਗਨੀ ਖਾਨ ਸਾਡਾ ਭਰਾ ਇੱਥੇ ਪੱਕਾ ਕਵਾਲ ਹੈ ਸਾਈਂ ਗੁਲਾਮ ਸ਼ਾਹ ਸਰਕਾਰ ਦੇ ਸਾਈਂ ਸ਼ਿੰਦੇ ਸ਼ਾਹ ਸਰਕਾਰ ਦੇ ਦਰਬਾਰ 'ਚ ਇਸੇ ਤਰ੍ਹਾਂ ਮੈਂ ਪੱਕਾ ਕਵਾਲ ਸੀਗਾ ਰਿੰਕੁਸ਼ਾਹ ਸਰਕਾਰ ਦੇ ਅੱਜ ਵੀ ਹਾਂ ਤੇ ਮੈਂ ਉਹ ਮੈਂ ਕਿਹਾ ਮੈਂ ਕਿ ਬਾਬਾ ਜੀ ਤੁਸੀਂ ਆਪ ਮਨਾਓ ਮੈਂ ਨਹੀਂ ਆਣਾ ਬਾਈ ਮੈਨੂੰ ਬਾਰ-ਬਾਰ ਫੋਨ ਕਰੀ ਗਏ ਮੈਂ ਥੋੜਾ ਸੋਚ ਲਿਆ ਮੈਂ ਕਿ ਚਲੋ ਚੱਲੀਏ ਯਾਰ ਕੋਈ ਨਹੀਂ ਫੇਰ ਕਦੇ ਬੰਦੇ ਦੀ ਕੀ ਜ਼ਰੂਰਤ ਪੈ ਜਾਂਦੀ ਪਰ ਮੈਂ ਇਹ ਘਰੋਂ ਧਾਰ ਕੇ ਗਿਆ ਸੀ ਬਾਈ ਸੱਚ ਕਹਿ ਰਹੇ ਹਾਂ ਬੇ ਨਾਮ ਹੈ ਉਸ ਬਾਬੇ ਦੇ ਪੈਰੀ ਹੱਥ ਲਾਉਣੇ ਨਾ ਮੈਂ ਉਹਨੂੰ ਐ ਕਰਨਾ ਮੈਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਅਸੀਂ ਫਤਿਹ ਸਾਂਝ ਕਰਦੇ ਆ ਵਾਹਿਗੁਰੂ ਖਾਲਸਾ ਜੀ ਫਤਿਹ ਬਸ ਇਹ ਉਸ ਤੋਂ ਬਦ ਨਹੀਂ ਆਪਣਾ ਕੰਮ ਕਰਨਾ ਆ ਜਾਣਾ ਤੇ ਮੈਂ ਜਦੋਂ ਉੱਥੇ ਪਹੁੰਚਿਆ ਤੇ ਜਦੋਂ ਮੈਂ ਘਰੋਂ ਤੁਰਨ ਲੱਗਾ ਨਾ ਤੇ ਮੈਂ ਘਰੋਂ ਇੱਕ ਟੀ-ਸ਼ਰਟ ਤੇ ਇੱਕ ਲੋਰ ਨਾ ਮੈਂ ਸਰਫ ਚ ਪਾ ਕੇ ਗਿਆ ਤੇ ਮੈਂ ਜਾਣਾ ਸੀ ਅਗਲੇ ਦਿਨ ਕਿੱਥੇ ਮੈਂ ਕਿਹਾ ਚਲੋ ਖੁੱਲੇ ਕੱਪੜੇ ਪਾ ਕੇ ਜਾਉਂਗਾ ਟੀ-ਸ਼ਰਟ ਮੇਰੀ ਫੇਵਰਿਟ ਸੀਗੀ ਉਹ ਮੈਂ ਕਿੱਥੇ ਜਾਣਾ ਸੀ ਜ਼ਰੂਰੀ ਕੰਮ ਲਈ ਉਹ ਜਦੋਂ ਮੈਂ ਸਰਦੀ ਭਾਜੀ ਦੇ ਘਰੇ ਪਹੁੰਚਿਆ ਤੇ ਅੱਗੇ ਕੁਝ ਕਲਾਕਾਰ ਬੈਠੇ ਸੀ ਮੈਂ ਨਾ ਨਹੀਂ ਲਊਗਾ ਤੇ ਉਹ ਕਲਾਕਾਰ ਬੈਠੇ ਤੇ ਮੈਨੂੰ ਜੀ ਬਾਬਾ ਜੀ ਨਹੀਂ ਦਿਖੇ ਮੈਂ ਦਰਵਾਜ਼ਾ ਖੋਲਿਆ ਤੇ ਦਰਵਾਜ਼ਾ ਜਦੋਂ ਖੋਲਿਆ ਤੇ ਮੈਂ ਮੈਨੂੰ ਨਾ ਉਸ ਦਰਵਾਜੇ ਤੋਂ ਕਾਲ ਆਈ ਕਿਸੇ ਦੀ ਕਹਿੰਦਾ ਭਾਜੀ ਕਿੱਥੇ ਹੋ ਮੈਂ ਕਿਹਾ ਜੀ ਮੈਂ ਸਾਰਥੀ ਭਾਜੀ ਦੇ ਘਰੇ ਦਰਵਾਜੇ ਤੇ ਕਹਿੰਦਾ ਵਾਪਸ ਆਓ ਥੱਲੇ ਆ ਜਾਓ ਥੱਲੇ ਗਿਆ ਤੇ ਮੈਨੂੰ ਕਹਿੰਦੇ ਸਾਰਥੀ ਵੀਰੇ ਨੇ ਕਿਹਾ ਤੂੰ ਇੱਥੇ ਬਹਿ ਜਾ ਕਹਿੰਦਾ ਜੀ ਮੈਂ ਕਿਉਂ ਕਹਿੰਦਾ ਨਹੀਂ ਕੋਈ ਕਾਰਨ ਹੋਊਗਾ ਮੈਨੂੰ ਗੁੱਸਾ ਜਿਹਾ ਵੀ ਆਇਆ ਮੈਂ ਕਿਹਾ ਪਹਿਲੇ ਬੁਲਾ ਲਿਆ ਹੁਣ ਯਾਰ ਘਰੇ ਨਹੀਂ ਵੜੁੰਦੇ ਰ ਮੈਂ ਗੁੱਸੇ ਨਾਲ ਥੱਲੇ ਗੱਡੀ 'ਚ ਆ ਗਿਆ ਮੈਂ ਦੁਬਾਰਾ ਆਉਣ ਲੱਗਾ ਮੈਂ ਚੱਲ ਚੱਲੀ ਯਾਰ ਛੱਡ ਬੰਦ ਫੇਰ ਮੈਨੂੰ ਕਾਲ ਆਈ ਸਾਰਥੀ ਵੀਰ ਕਹਿੰਦਾ ਉੱਪਰ ਕਿੱਥੇ ਆ ਤੂੰ ਮੈਂ ਮੈਂ ਥੱਲੇ ਕੰਨ ਨਹੀਂ ਨਹੀਂ ਉੱਪਰ ਆ ਕਹਿੰਦੇ ਅਸੀਂ ਤਾਂ ਰੋਟੀ ਖਾਣਦੇ ਪਏ ਸੀ ਮੈਂ ਤਾਂ ਨਹੀਂ ਕਾਲ ਚੱਕੀ ਕਹਿੰਦੇ ਠੀਕ ਮੈਂ ਦੁਬਾਰਾ ਉੱਪਰ ਗਿਆ ਤੇ ਉਹ ਫਿਰ ਉਹ ਕਲਾਕਾਰ ਉੱਥੇ ਬੈਠੇ ਸੀ ਕਿ ਭਰਾ ਕਾਫੀ ਪੰਜਾਬੀ ਇੰਡਸਟਰੀ ਦੇ ਥੰਮ ਤੇ ਅਸੀਂ ਨਾ ਉੱਥੇ ਬੈਠੇ ਤੇ ਬਾਬਾ ਜੀ ਅੰਦਰ ਰੋਟੀ ਖਾ ਰਹੇ ਸੀ ਸਰਤੀ ਭਾਜੀ ਦੇ ਘਰੇ ਤੇ ਮੈਂ ਮੈਂ ਕਹਿਤਾ ਉਹ ਮੈਨੂੰ ਕਲਾਕਾਰ ਜਿਹੜਾ ਭਰਾ ਬਾਹਰ ਬੈਠੇ ਸੀ ਕਹਿੰਦਾ ਕਾਸ਼ ਕੋਈ ਗੱਲ ਹੀ ਸੁਣਾ ਦੇ ਯਾਰ ਤੇ ਮੈਂ ਉਹ ਹੀ ਥੀਏਟਰ ਵਾਲਾ ਕੰਮ ਕਰਨ ਲੱਗ ਗਿਆ ਤੇ ਮੈਂ ਜਿਹੜੇ ਉਹ ਥੋੜਾ ਬਾਬੇ ਆਪਣੇ ਅੱਜਕੱਲ ਹੱਥ ਦੇਖਣ ਆਲੇ ਆਉਂਦੇ ਆ ਮੈਂ ਕਿ ਤੇਰੀ ਰੇਖਾ ਬੜੀ ਚੰਗੀ ਕਰਮ ਬੜਾ ਚੰਗਾ ਬੇਟਾ ਜੇ ਤੇਰੀ ਤੇਰਾ ਵਿਗੜਿਆ ਕੰਮ ਬਣਾ ਦੀਏ ਤੇ ਤੈਨੂੰ ਦਿਨ ਚਟੇ ਤਾਰੇ ਦਿਖਾ ਦੀ ਤੇਰਾ ਯਾਜ ਦੀ ਬਾਰੀ ਨੂੰ ਹੱਥ ਪਵਾ ਦੀ ਤੇ ਮੰਨੇਗਾ ਬਾਬਿਆਂ ਨੂੰ ਤੂੰ ਲੋਕਾਂ ਨਾਲ ਯਾਰੀਆਂ ਬਹੁਤ ਪਾਲਦਾ ਪਰ ਤੇਰਾ ਬਣਦਾ ਕੋਈ ਨਹੀਂ ਪੈਸਾ ਬਹੁਤ ਆਉਂਦਾ ਪਰ ਰੁਕਦਾ ਕੋਈ ਨਹੀਂ ਅਸੀਂ ਇਦਾਂ ਦੀਆਂ ਗੱਲਾਂ ਕਰਨ ਲੱਗਾ ਸੀ ਹਸੀ ਮਖੌਲ ਜੇ ਕਰਨ ਲੱਗੇ ਅੰਦਰੋਂ ਆਵਾਜ਼ ਆਈ ਓਏ ਕਹਿੰਦੇ ਕੌਣ ਹੈ ਓਏ ਅਸੀਂ ਵੀ ਤੇਰੇ ਵਰਗਿਆਂ ਕਹਿੰਦੇ ਮੈਂ ਐਸੀ ਵੀ ਗੱਲ ਨੂੰ ਨਹੀਂ ਗੋਲਿਆ ਮੈਂ ਕਿ ਕਈ ਬਾਬੇ ਦੀ ਆਦਤ ਹੁੰਦੀ ਹੈ ਮੈਂ ਕਿ ਐਂ ਹੀ ਕਹਿੰਦੇ ਪਰ ਸੱਚੀ ਮਨੇ ਬਾਬਾ ਜੀ ਜਦੋਂ ਉਧਰੋਂ ਤੁਰ ਕੇ ਆ ਰਹੇ ਸੀ ਨਾ ਆਂਦਰੋਂ ਜੱਟ ਨੇ orange ਕਲਰ ਦਾ কুরਤਾ ਪਾਇਆ ਔਰ ਕਾਲੇ ਰੰਗ ਦੀ ਚਾਦਰ ਤੇ ਮੋਢੇ ਤੇ ਇੱਕ ਲੋਈ ਆ ਕੁੰਗਰਾਲੇ ਜਿਹਾ ਬਾੜ ਤੇ ਨੋਕ ਕਾਲੀ ਜੁੱਤੀ ਜਿਵੇਂ ਗੱਗੂ ਗਲ ਵਰਗੀ ਤੌਰ ਜੱਟ ਦੀ ਆਥੀ ਵਰਗੀ ਚਾਲ ਆਏ ਮੈਂ ਐ ਸਸੀ ਗੱਲ ਕੀਤਾ ਮੈਂ ਉਹ ਉਹ ਗੱਲ ਜੀ ਵੀ ਰੱਖੀ ਮਾਨਾ ਬਈ ਪੈਰੀ ਹੱਥ ਨੂੰ ਸਾਰਿਆਂ ਨੇ ਪੈਰੀ ਹੱਥ ਲਾਏ ਬਾਬਾ ਜੀ ਬਹਿ ਗਏ ਮੈਨੂੰ ਕਹਿੰਦੇ ਕਿਵੇਂ ਸ਼ਰਾ ਮੈਂ ਕਿਹਾ ਜੀ ਵਧੀਆ ਜੀ ਮੇਰਾ ਮੈਂ ਆਪਣੇ ਐਟੀਟਿਊਡ ਦੇ ਸੀਗਾ ਉਹ ਕਹਿੰਦੇ ਸ਼ਰਾ ਤੇਰੇ ਤੇਰੇ ਦਿਲ 'ਚ ਕੋਈ ਗੱਲ ਆ ਤੂੰ ਗੱਲ ਕਹਿਣਾ ਚਾਹੁੰਦਾ ਮੈਂ ਉਹ ਗੱਲ ਕਹਿਤੀ ਕਦੋਂ ਅੱਛਾ ਵਾਹ ਬਈ ਵਾਹ ਗੱਲ ਕਹਿਤੀ ਜੀ ਤੇ ਕਰਦੇ ਕਰਾਂਦੇ ਨਾ ਜੀ ਮੈਨੂੰ ਕੁਝ ਉਸ ਤੋਂ ਉਸ ਦਰਵਾਜ਼ੇ ਉਸ ਪੀਰ ਚੋਂ ਮੈਨੂੰ ਕੁਝ ਦਿਖਿਆ ਸਚਾਈ ਹੈ ਉਹ ਮੈਂ ਬਿਆਨ ਨਹੀਂ ਕਰੂੰਗਾ ਮੈਨੂੰ ਕੀ ਦਿਖਿਆ ਤੇ ਮੈਂ ਜਦੋਂ ਦੇਖਿਆ ਮੇਰਾ 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 ਪਸੀਨਾ ਬਹੁਤ ਜ਼ਿਆਦਾ ਆਉਣ ਲੱਗਿਆ ਮੈਨੂੰ ਮੇਰੇ ਸਰੀਰ ਤੇ ਜਿਵੇਂ ਵਜਨ ਪੈ ਗਿਆ ਹੋਵੇ ਸਾਰੇ ਕਲਾਕਾਰ ਜਿੰਨੇ ਬੈਠੇ ਸੀ ਨਾ ਉੱਥੇ ਜਿੰਨੇ ਵੀ ਉਹ ਕਲਾਕਾਰ ਜਿਹੇ ਇਸ ਗੱਲ ਨੂੰ ਸੁਣਦੇ ਹੋਣ ਤੇ ਉਹ ਕਲਾਕਾਰ ਜ਼ਰੂਰ ਇਸ ਚੀਜ਼ ਨਾਲ ਜਾਣੂ ਹੋਣਗੇ ਕਾਸ਼ੀ ਸੱਚ ਕਹਿ ਰਿਹਾ ਮੇਰੇ ਮੇਰੇ ਮੂੰਹ ਪੁੰਜਣ ਲੱਗ ਗਿਆ ਸਾਰੇ ਕੀ ਹੋਇਆ ਤੈਨੂੰ ਕੀ ਹੋ ਗਿਆ ਮੈਂ ਕੁਝ ਨਹੀਂ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਯਾਰ ਮੈਨੂੰ ਉੱਚ ਕੁਝ ਦਿਖਿਆ ਤੇ ਕਰਦੇ ਕਰਦੇ ਸਾਰਥੀ ਕੇ ਵੀਰ ਨੇ ਜਿਹੜੀ ਮੈਂ ਪਹਿਲੀ ਗੱਲ ਕਹਿ ਗਿਆ ਇਸ ਆਰਤੀ ਵੀਰੇ ਦੇ ਘਰੇ ਹੋ 1100 ਰੁਪਿਆ ਤੇ ਉਹ ਇੱਕ ਲੋਰ ਤੇ ਇੱਕ ਦੋ ਟੀ-ਸ਼ਰਟਾਂ ਤੇ ਇੱਕ ਕਾਲੇ ਰੰਗ ਦੀ ਲੋਈ ਬਾਪੂ ਨੂੰ ਦੇਣ ਲੱਗੇ ਬਾਪੂ ਕਹਿੰਦਾ ਮੈਂ ਫੇਰ ਲੈਣੇ ਨਹੀਂ ਉਹ ਤਿੰਨ ਵਾਰੀ ਬਾਪੂ ਨੂੰ ਆਫਰ ਕੀਤਾ ਗਿਆ ਤਿੰਨ ਵਾਰੀ ਦੇਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਹੈ ਜਦੋਂ ਸਾਰਥੀ ਵੀਰੇ ਹੋਰੀ ਵਾਪਸੀ ਲੈ ਗਏ ਬਾਪੂ ਨੇ ਆਵਾਜ਼ ਮਾਰੀ ਕਹਿੰਦਾ ਸਾਰਥੀ ਇੱਧਰ ਆ ਆਹ ਕੱਪੜੇ ਦੇਵਰਾ ਕਹਿੰਦੇ ਮੈਨੂੰ ਆਹ ਲੋਈ ਕਹਿੰਦੇ ਰੱਖ ਲੈਨੇ ਤੇਰੀ ਪੈਸੇ ਕਹਿੰਦੇ ਦੇ ਦੇ ਕਿਸੇ ਹੋਰ ਨੂੰ ਤੇ ਕਹਿੰਦੇ ਆਹ ਟੀ-ਸ਼ਰਟ ਲੋਰ ਦੇ ਮੇਰੇ ਕਨੇ ਸੋਟ ਕੇ ਕਹਿੰਦਾ ਜਾ ਓਏ ਜਿਹੜੀ ਕਹਿੰਦਾ ਟੀ-ਸ਼ਰਟ ਪਾਣੀ ਚ ਕੋ ਤੇ ਸਰਵ ਚ ਭਿਗਿਆ ਉਹ ਨਾ ਪਾ ਕੇ ਜਾਈਂ ਕਹਿੰਦਾ ਆ ਪਾ ਕੇ ਜਾਈਂ ਭਾਜੀ ਉਹ ਤਾਂ ਮੈਨੂੰ ਪਤਾ ਸੀ ਨਾ ਮੈਂ ਟੀ-ਸ਼ਰਟ ਲੋਰ ਘਰੇ ਭਿਗੇ ਗਿਆ ਸਰਵ ਚ ਉਹ ਬਾਪੂ ਨੂੰ ਕਿਵੇਂ ਪਤਾ ਮੈਂ ਹਾਰਾ ਮੇਰਾ ਹੋਰ ਜਿਆਦਾ ਇੱਕ ਵਿਸ਼ਵਾਸ ਵੱਜ ਗਿਆ ਵੀ ਕਮਾਲ ਕੋਈ ਗੱਲ ਹੈ ਕੁਦਰਤੀ ਭਾਜੀ ਮੈਂ ਜਦੋਂ ਕੀ ਹੈ ਮੈਂ ਅਗਲੇ ਦਿਨ ਜਾਣਾ ਸੀ ਨਾ ਮੇਰਾ ਏਟੀਐਮ ਤਰਤਾਲੀ ਚ ਡਿੱਗ ਗਿਆ ਤੇ ਮੇਰਾ ਗੂਗਲ ਪੇ ਮੈਂ ਉਹਦੋਂ ਚਲਾਉਂਦਾ ਨਹੀਂ ਸੀਗਾ ਤੇ ਮੇਰੇ ਕੋਲ ਰੁਪਈਆ ਸੀਗਾ 200 ਤੇ ਮੈਂ ਜਾਣਾ ਸੀਗਾ ਕਿਤੇ ਦੂਰ ਜਾਣਾ ਸੀ ਤੇ ਮੈਨੂੰ ਬਾਪੂ ਕਹਿੰਦਾ ਉਹ ਇਹਨੂੰ ਪੈਸਿਆਂ ਦੀ ਵੀ ਲੋੜ ਐ ਜਦੋਂ ਕੀ ਐ ਮੈਂ ਅਗਲੇ ਦਿਨ ਜਾਣਾ ਸੀ ਨਾ ਮੇਰਾ ਏਟੀਐਮ 43 ਚ ਡਿੱਗ ਗਿਆ ਤੇ ਮੇਰਾ ਗੂਗਲ ਪੇ ਮੈਂ ਉਦੋਂ ਚਲਾਉਂਦਾ ਨਹੀਂ ਸੀਗਾ ਤੇ ਮੇਰੇ ਕੋਲ ਰੁਪਈਆ ਸੀਗਾ 200 ਤੇ ਮੈਂ ਜਾਣਾ ਸੀਗਾ ਕਿਤੇ ਦੂਰ ਜਾਣਾ ਸੀ ਤੇ ਮੈਨੂੰ ਬਾਪੂ ਕਹਿੰਦਾ ਉਹ ਇਹਨੂੰ ਪੈਸਿਆਂ ਦੀ ਵੀ ਲੋੜ ਐ ਕਹਿੰਦਾ ਇਹਨੂੰ ਪੈਸੇ ਦਿਓ ਤੇ ਕਮਲ ਖਾਨ ਵੀਰਾ ਕਮਲ ਖਾਨ ਨੇ ਮੈਨੂੰ ਉੱਠ ਕੇ 1100 ਰੁਪਈਆ ਜੇਬ ਚੋਂ ਕੱਢ ਕੇ ਨਾ ਮੱਥਾ ਟੇਕਿਆ ਬਾਬੂ ਕਹਿੰਦਾ ਸਰ ਜੂਗਾ ਕੋ ਹੋਰ ਦਈਏ ਕਹਿੰਦਾ 200 ਤੇਰੇ ਕੋਲ ਹੈਗਾ ਕਹਿੰਦਾ ਇਹ 13 13 ਕਹਿੰਦਾ ਬਾਬੇ ਨਾਨਕ ਵਾਲਾ 13 13 ਹੋ ਗਿਆ ਕਹਿੰਦੇ ਲੈ ਨਿਆਰੇ ਭਾਜੀ ਫਿਰ ਉੱਠ ਕੇ ਮੈਂ ਪੈਰੀ ਹੱਥ ਲਾਇਆ ਮੈਂ ਕਿ ਕੋਈ ਫਕੀਰ ਹੈ ਸੱਚਾ ਅਸੀਂ ਗੱਲਾਂ ਕਰਦੇ ਕਰਦੇ ਫਿਰ ਥੱਲੇ ਆ ਗਏ ਮੈਨੂੰ ਕਹਿੰਦਾ ਵਾ ਸ਼ਰਤ ਤੇਰਾ ਤੇਰਾ ਨਾਮ ਕਾਸ਼ੀਨਾਥ ਹੈ ਮੈਂ ਕਿ ਹਾਂਜੀ ਕਹਿੰਦਾ ਤੂੰ ਅਸੀਂ ਅਜੇ ਅਸਲਨਾਥ ਨਹੀਂ ਬਣਿਆ ਕਾਸ਼ੀ ਠੀਕ ਹੈ ਕਹਿੰਦਾ ਦਰਬਾਰ ਤੇ ਆਈ ਇੱਕ ਜਗ੍ਹਾ ਇੱਕ ਵਾਰੀ ਆ ਜੀ ਬੋਲਾ ਦੁਬਾਰਾ ਨਹੀਂ ਬੁਲਾਵਾਂਗੇ ਉੱਥੇ ਟਿੱਲੇ ਦੇ ਕਹਿੰਦੇ ਆ 29 ਰੱਖ ਕੇ ਦੁਬਾਰਾ ਪਾਈਓ ਨਾਥਾਂ ਦਾ ਕਹਿੰਦੇ ਉਹ ਧੂਨੇ ਦੇ ਨਾਥਾਂ ਦੇ ਧੂਨੇ ਤਰ੍ਹਾਂ ਕਹੇਵੇਂ ਤੂੰ ਅਸਾਂ ਨਾਥ ਬਣੇਗਾ ਉਹ ਜਿਸ ਦੇ ਨੇ ਪਾਇਆ ਤੇ ਰੋਗ ਟੁੱਟੇ ਨਜ਼ਾਰੇ ਲੈ ਰਹੇ ਜਿੰਦਗੀ ਦੇ ਤੇ ਜਦੋਂ ਅਸੀਂ ਥੱਲੇ ਆਏ ਨਾ ਮੈਨੂੰ ਸਰਕਾਰ ਕਹਿੰਦੇ ਕਹਿੰਦਾ ਉਹ ਸਾਹਮਣੇ ਗੱਡੀ ਦੇਖੋ ਏ ਦੂਰ ਗੱਡੀ ਖੜੀ ਸੀ ਕਿਸੇ ਨੂੰ ਵੀ ਗੱਡੀ ਨਹੀਂ ਦਿਖ ਰਹੀ ਸੀ ਗੱਡੀ ਦੇ ਲਾਈਟਾਂ ਜਗ ਰਹੀਆਂ ਸੀ ਰਾਤ ਦਾ ਟਾਈਮ ਸੀਗਾ ਕੋਈ ਇੱਕ ਦੋ ਦਾ ਟਾਈਮ ਕਹਿੰਦਾ ਉਸ ਗੱਡੀ ਦੇ ਵਿੱਚ ਜਾ ਕੇ ਦੇਖੋ ਬਹੁਤ ਵੱਡਾ ਸਿੰਗਰ ਬੈਠਾ ਗਾਣੇ ਮਹਿੰਗੇ ਲਿਖਦਾ ਮੈਂ ਅਗਰ ਲੈ ਹੁਣ ਬਾਬੇ ਦੀ ਉਹ ਇਮਤਿਹਾਨ ਦਾ ਟਾਈਮ ਹੁਣ ਦੇਖਦੇ ਕੌਣ ਜਦੋਂ ਮੈਂ ਗੱਡੀ ਜਾ ਕੇ ਦੇਖੀ ਗੱਡੀ 'ਚ ਪਤਾ ਕੌਣ ਬੈਠ ਜਾਨੀ ਬੈਠਾ ਗਾਣੇ ਕਿਸ ਨਾਲ ਗੱਲ ਕਰੀ ਜਾਵੇ ਉਹ ਗਾਣੇ ਵੀ ਮਹਿੰਗੀ ਲਿਖਦਾ ਤੇ ਮਹਿੰਗਾ ਕਲਾਕਾਰ ਮੈਂ ਆਕੇ ਕਿਹਾ ਮੈਂ ਕਿਹਾ ਜੀ ਉਹ ਚ ਜਾਨੀ ਬੈਠਾ ਜੀ ਕਹਿੰਦਾ ਉਹ ਮਹਿੰਗਾ ਕਲਾਕਾਰ ਨਾ ਮਹਿੰਗੇ ਗਾਣੇ ਲਿਖਦਾ ਬਹੁਤ ਕਹਿੰਦਾ ਦੇਖਿਆ ਫਿਰ ਮੈਂ ਉਸ ਦਿਨ ਤੋਂ ਦਰਬਾਰ ਨਾਲ ਜੁੜਿਆ ਤੇ ਅੱਜ ਮੇਰੇ ਰੰਗ ਨਿਆਰੇ ਬੱਲੇ ਬੱਲੇ ਉਸ ਦਾਤੇ ਦੀ ਕਿਰਪਾ ਪੂਰੀ ਫਿਰ ਬਾਬਾ ਜੀ ਨੇ ਤਤੋਂ ਪਹਿਲਾ ਗੀਤ ਕਿਹੜਾ ਸੁਣਿਆ ਸੀਗਾ ਕੋਈ ਸੂਫੀ ਗਾਣਾ ਸੁਣਿਆ ਸੀ ਬਿਲਕੁਲ ਬਿਲਕੁਲ ਇਹ ਜਮਲਾ ਜੱਟ ਵੀ ਦਾਤਾ ਇਸ ਕਰਕੇ ਸੁਣਿਆ ਸੀਗਾ ਔਰ ਮੇਰੇ ਕੋਲੋਂ ਮੇਰਾ ਬਾਵਾ ਬੜਾ ਵਾਇਰਲ ਹੋਇਆ ਸੀਗਾ ਬੋਲ ਮਿੱਕੀ ਦਾ ਬਾਵਾ ਉਹ ਵੀ ਬਾਪੂ ਨੇ ਸੁਣਿਆ ਔਰ ਅੱਜ ਕੱਲ ਜਿਹੜਾ ਗੀਤ ਮੈਂ ਬਾਪੂ ਲਈ ਜੋ ਗਾਇਆ ਹੈ ਉਹਦੇ ਮੈਂ ਦੋਕ ਬੋਲ ਤੁਹਾਡੇ ਨਾਲ ਸਾਂਝੇ ਕਰਾਂਗਾ ਉਹ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਹੁਣ ਪਿੱਛੇ ਜਿਹੇ ਮੇਲਾ ਸਰਕਾਰ ਦੇ ਦਰਬਾਰ ਹੋਇਆ ਸੀ ਤੇ ਉਥੋਂ ਦੀ ਬਹੁਤ ਸਾਰੀਆਂ ਜਿਹੜੀ ਵੀਡੀਓਜ਼ ਮੇਰੀਆਂ ਵਾਇਰਲ ਹੋ ਰਹੀਆਂ ਨੇ ਬਹੁਤ ਸਾਰੇ ਭਰਾਵਾਂ ਨੇ ਆਪਣੇ ਆਪਣੇ ਚੈਨਲਾਂ ਦੇ ਪਾਏ ਹੋਇਆ ਤੇ ਉਹ ਪੈਰਾਂ ਚ ਕੰਗਰੂ ਬਨੇ ਗਾਰੇ ਉਹ ਇਸ਼ਕ ਉਹਦਾ ਉਹਦੇ ਇਸ਼ਕ ਚ ਨੱਚਣਾ ਉਹ ਇਸ਼ਕ ਚ ਗਾਰੇ ਉਹਦੇ ਮੈਂ ਦੋ ਬੋਲ ਤੁਹਾਨੂੰ ਮੈਂ ਸਾਂਝੇ ਕਰੂੰਗਾ ਜਿਹੜਾ ਬਾਪੂ ਲਈ ਉਹ ਬੈਠਾ ਬੈਠਾ ਇੱਕ ਗੀਤ ਲਿਖਿਆ ਸੀ ਤੇ ਉਹ ਰਿਕਾਰਡ ਹੋ ਗਿਆ ਦੀ ਵੀਡੀਓ ਵੀ ਤਕਰੀਬਨ 50% ਤਿਆਰ ਹੋ ਗਈ ਉਹ ਵੀ ਬਹੁਤ ਜਲਦ ਤੁਹਾਡੇ ਨਾਲ ਸਾਂਝਾ ਕਰਾਂਗਾ ਬੋਲ ਨੇ ਜਿੰਨਾ ਇਸ਼ਕ ਖੁਦਾ ਦੇ ਨਾਲ ਕੀਤਾ ਤੇ ਉਹ ਡੁੱਬਦੇ ਨਹੀਂ ਉਹ ਤਰ ਗਏ ਨੇ ਉਹ ਜਨਾ ਤੇ ਮਿਹਰਬਾਨ ਏ ਖੁਦਾ ਹੋਇਆ ਉਹ ਜਿਉਂਦੇ ਨੇ ਨਾ ਮਰਦੇ ਨੇ ਇਹਨਾਂ ਆਸ਼ਿਕਾਂ ਬਾਰੇ ਕੀ ਪੁੱਛਦੇ ਸਾਬਰ ਮੀਆਂ ਇਹ ਆਸ਼ਿਕ ਆਪਣਾ ਕੰਮ ਕਰ ਗਾਨੇ ਇਹ ਆਸ਼ਿਕ ਆਪਣਾ ਕਰ ਗਾਨੇ ਮੈਂ ਨਹੀਂ ਮੈਨੂੰ ਪਿਆਰ ਹੋ ਗਿਆ ਮੈਂ ਨਹੀਂ ਮੈਨੂੰ ਪਿਆਰ ਹੋ ਗਿਆ ਮੈਂ ਨਹੀਂ ਮੈਨੂੰ ਪਿਆਰ ਹੋ ਗਿਆ ਪਿਆਰ ਕਾ ਦਾ ਨਹੀਂ ਮੈਂ ਪਿਆਰ ਕਾ ਦਾ ਨਹੀਂ ਮੈਂ ਅਰਸ਼ੋਂ ਪਰ ਹੋ ਗਿਆ ਮੈਂ ਨਹੀਂ ਮੈਨੂੰ ਪਿਆਰ ਹੋ ਗਿਆ ਮਾਏ ਨਹੀਂ ਮੈਨੂੰ ਪਿਆਰ ਹੋ ਗਿਆ ਤੇ ਮਾਂ ਕਹਿੰਦੀ ਨੇ ਹੀਰੇ ਜਿੱਤ ਨੂੰ ਇਹ ਹੀਰ ਰੂਹ ਹੈ ਮਾਂ ਕਹਿੰਦੀ ਜਿਹਦੇ ਨਾਲ ਤੈਨੂੰ ਪਿਆਰ ਹੋਇਆ ਉਹਨੂੰ ਦੇਖਿਆ ਵੀ ਹੈ ਕੌਣ ਕਿੱਥੋਂ ਦਾ ਹੈ ਕਿਹੋ ਜਿਹਾ ਲੱਗਦਾ ਸੁਪਨੇ ਦੀ ਗੱਲ ਹੋ ਰਹੀ ਹੈ ਉਹ ਕਹਿੰਦੀ ਮੈਂ ਸੁਪਨੇ ਚ ਦੇਖਿਆ ਕਿਵੇਂ ਦਾ ਲੱਗਦਾ ਉਹ ਕਹਿੰਦੇ ਹੋ ਬਾਲਾ ਦੇ ਵਿੱਚ ਪਏ ਸੀ ਕੁੰਡਲ ਆ ਚਾਦਰਾਂ ਬੜਾ ਫੱਬਦਾ ਸੀ ਬਾਲਾ ਦੇ ਵਿੱਚ ਪਏ ਸੀ ਕੁੰਡਲ ਤੇ ਚਾਦਰਾਂ ਬੜਾ ਫੱਬਦਾ ਸੀ ਮੋੜੇ ਉੱਤੇ ਕਾਲੀ ਲੋਈ ਤੇ ਕੋਈ ਸੱਚਾ ਹੀ ਆਸ਼ਿਕ ਲੱਗਦਾ ਸੀ ਨੀ ਕੋਈ ਸੱਚਾ ਹੀ ਆਸ਼ਿਕ ਲੱਗਦਾ ਸੀ ਦੱਸਿਆ ਉਹਨੇ ਸ਼ਹਿਰ ਨੂੰ ਕੁਦਰੋਂ ਦੱਸਿਆ ਉਹਨੇ ਸ਼ਹਿਰ ਨੂੰ ਕੁਦਰ ਬਾਕਰਪੁਰ ਦਰਬਾਰ ਹੋ ਗਿਆ ਮੈਂ ਨੀ ਮੈਂ ਮੈਨੂੰ ਪਿਆਰ ਹੋ ਗਿਆ ਮੈਂ ਨਹੀਂ ਮੈਨੂੰ ਪਿਆਰ ਹੋ ਗਿਆ ਮੈਂ ਨਹੀਂ ਸ਼ਿੰਦ ਨਾਲ ਪਿਆਰ ਹੋ ਗਿਆ ਮੈਂ ਨਹੀਂ ਜੋਗੀ ਨਾਲ ਪਿਆਰ ਹੋ ਗਿਆ ਮੈਂ ਨਹੀਂ ਜੱਟ ਨਾਲ ਪਿਆਰ ਹੋ ਗਿਆ ਕੀ ਬਾਤ ਹੈ ਜੀ ਬਹੁਤ ਸੋਹਣੀ ਆਵਾਜ਼ ਤੇ ਜਿੱਦਾਂ ਨਕੋਦਰ ਦਾ ਨਾਮ ਸੀਗਾ ਹੁਣ ਦੂਸਰੇ ਨੰਬਰ ਤੇ ਫਿਰ ਬਕਰਪੁਰ ਆ ਰਿਹਾ ਜੀ ਵੀ ਨਾਮ ਕਾਫੀ ਹੋਰ ਨਕੋਦਰ ਮੰਗਾ ਬਾਬਾ ਜੀ ਫਿਰ ਉਹ ਉਹੀ ਸ਼ਰਨ ਚੋਂ ਨੇ ਉਹਨਾਂ ਚੋਂ ਗੱਲ ਇਹਦਾ ਭਾਜੀ ਕਹਿੰਦੇ ਅੱਲਾ ਕੀ ਹੈ ਮੌਲਾ ਕੀ ਹੈ ਸਮਝ ਲਿਆ ਤਾਂ ਰੋਲਾ ਕੀ ਹੈ ਗੱਲ ਸਮਝਣ ਦੀ ਹੈ ਬਾਪੂ ਇੱਕ ਗੱਲ ਕਹਿੰਦੇ ਹੁੰਦੇ ਜਿਹੜੀ ਫਕੀਰੀ ਆ ਫਕੀਰੀ ਰਮਜ਼ਦੀਦ ਸਮਝਦੀ ਆ ਫਕੀਰੀ ਗਰਜ ਦੀ ਨਹੀਂ ਹੈਗੀ ਜਿਹੜਾ ਜਿਹੜੀ ਜਿਹੜੀ ਫਕੀਰੀ ਗਰਜ ਦੀ ਹੋ ਮਤਲਬ ਜਿਹਨੂੰ ਕੋਈ ਗਰਜ ਹੋਵੇ ਵੀ ਮੈਨੂੰ ਆਹ ਚੀਜ਼ ਚਾਹੀਦੀ ਜਾਂ ਇਹ ਮੈਂ ਵੰਡ ਨਹੀਂ ਉਹ ਕਾਹਦੀਆਂ ਫਕੀਰੀਆਂ ਉਹ ਕਹਿੰਦੇ ਵੀ ਬਸ ਤੈਨੂੰ ਪਉਣਾ ਹੈ ਫਕੀਰੀ ਹੈ ਤੇ ਇਹ ਕਿਤਨਾ ਕਿਤੇ ਮੁਰਾਸ਼ਾ ਸਰਕਾਰ ਦੇ ਅੰਦਰੋਂ ਹੀ ਨਿਕਲ ਕੇ ਫਕੀਰੀ ਆਈ ਹੈ ਉਹ ਉਹਦਾ ਹੀ ਨਾਂ ਵੱਜਦਾ ਹੈ ਗੱਲ ਇਹਦਾ ਕਿ ਭਾਜੀ ਬਹੁਤ ਘਾਟ ਉਮਰ ਦੇ ਵਿੱਚ ਫਕੀਰ ਬਣ ਗਏ ਨੇ ਬਣੇ ਨੇ ਸਰਿੰਦਰ ਸ਼ਾਹ ਜੀ ਬਹੁਤ ਘਾਟ ਉਮਰ ਆ 5 ਸਾਲ ਦੇ ਸੀਗੇ ਸਰਕਾਰ ਜਦੋਂ ਜਦੋਂ ਆਪਣੇ ਗੁਰੂ ਜਣਾ ਕੋਲ ਆ ਕੇ ਮਾਤਾ ਜੀ ਛੱਡ ਕੇ ਗਏ ਬਾਬਾ ਜੀ ਨੂੰ ਤੇ 5 ਸਾਲ ਦੇ ਸੀਗੇ ਤੇ ਸਰਕਾਰਾਂ ਨੇ ਉਹ ਛੋਟੇ ਹੁੰਦੇ ਸੇਵਾ ਕੀਤੀ ਇਥੋਂ ਤੱਕ ਕਿ ਬਾਪੂ ਨੇ ਦਰਬਾਰ ਦੇ ਨਾਲ ਐਸਾ ਇਸ਼ਕ ਕੀਤਾ ਉਹ ਤਾਂ ਕੱਚਾ ਸੀਗਾ ਸਾਰਾ ਵੇੜਾ ਹੁੰਦੇ ਬਾਕਰਪੁਰ ਬਹੁਤ ਸੋਹਣਾ ਅਜੇ ਹੋਰ ਅੱਛਾ ਬੰਨਾ ਕਿਉਂਕਿ ਇੱਕ ਦੁਬਈ ਤੋਂ ਕੋਈ ਸ਼ੇਕ ਆਇਆ ਸੀ ਦਾਤਾ ਸਰਕਾਰ ਨੂੰ ਕਹਿਣ ਲੱਗੇ ਉਹ ਕਹਿੰਦੇ ਵੀ ਅਸੀਂ ਇਸ ਦਰਬਾਰ ਤੇ ਇੰਨਾ ਕਰੋੜ ਰੁਪਏ ਕਰੋੜਾਂ ਰੁਪਏ ਲਾ ਦਿੰਨੇ ਆ ਤੇ ਸਾਡਾ ਨਾਂ ਕਰ ਦਿਓ ਦਾਤਾ ਜੀ ਨੇ ਭਜਾਤੇ ਸੀ ਕੌਣ ਹੈ ਤੂੰ ਓਏ ਕਹਿੰਦਾ ਇੱਥੇ 1-1 ਰੁਪਈਆ 1-1 25 1-1 ਦੁੱਕੀ ਜੇ ਲੱਗੂਗੀ ਤੇ ਇੱਥੇ ਮਰੀਦਾਂ ਦੇ ਆਉਣ ਵਾਲੇ ਲੋਕਾਂ ਦੇ ਲੱਗੂ ਉਹਨਾਂ ਦਾ ਨਾਮ ਹੋਊਗਾ ਤੇਰਾ ਕੌਣ ਤੂੰ ਕੌਣ ਕਰਨਾਲ ਠੁਕਰਾਤਾ ਸਰਕਾਰ ਨੂੰ ਨਹੀਂ ਕਹਿੰਦਾ ਜਦੋਂ ਬਣਾਉਣਾ ਹੋਊਗਾ ਬਣਾ ਲੈਣਗੇ ਹੁਣ ਦੇਖੋ ਡੇਰੇ ਚੋ ਸਭ ਤੋਂ ਵੱਡੀ ਗੱਲ ਕਿੰਨੇ ਵਿਆਹ ਕੀਤੇ ਆ ਇਹ ਗੁਪਤੀ ਕਮ ਹੋ ਰਹੀ 10 10 ਕੇ ਨਹੀਂ ਉਹ ਗੱਲ ਮੈਂ ਪਹਿਲੇ ਕਿ ਫਕੀਰੀ ਗਰਜ਼ ਦੀ ਨਹੀਂ ਹੈ ਰਮਜ਼ ਦੀ ਹੈ ਕਿੰਨੀਆਂ ਪੈਣਾ ਦੇ ਵਿਆਹ ਹੋਏ ਆ ਦਾਤਾ ਸਰਕਾਰ ਜੇ ਕੋਈ ਆਗੇ ਲਿਖਾ ਦਿੰਦਾ ਵੀ ਮੇ ਕੁੜੀ ਦਾ ਵਿਆਹ ਜੀ ਦਾਤਾ ਸਰਕਾਰ ਆਪਣੇ ਦਰਬਾਰ ਦੇ ਵਿੱਚ ਆਪਣੇ ਆਪਣੇ ਜੇਬ ਚੋਂ ਜਾਂ ਉਹਨਾਂ ਕੁੜੀਆਂ ਦੇ ਆਸ਼ੀਰਵਾਦ ਦੇ ਕੇ ਉਹਨਾਂ ਨੂੰ ਤੋਰਦੇ ਆ ਉਹਨਾਂ ਨੂੰ ਕਿੰਨਾ ਕ ਸਾਮਾਨ ਦਿੱਤਾ ਜਾਂਦਾ ਉਹ ਦਾਤਾ ਸਰਕਾਰ ਹੀ ਜਾਣਦੇ ਆ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਜਾਂਦਾ ਉਹਨਾਂ ਨੂੰ ਸੁਖੀ ਰਹਿਣ ਦਾ ਸਰਕਾਰ ਕਾ ਆਸ਼ੀਰਵਾਦ ਦਿੰਦੇ ਵੀ ਸੁਖੀ ਵਸੋ ਤੁਸੀਂ ਔਰ ਜੇ ਗੱਲ ਕਰੀਏ ਵੀ ਘਰਾਨੇ ਦੀ ਦਾਤਾ ਸਰਕਾਰ ਉੱਥੋਂ ਮੁਰਾਸ਼ਾ ਸਰਕਾਰ ਦੇ ਉਹਦੇ ਚੋਂ ਇੱਕ ਕਹਿ ਸਕਦੇ ਆ ਵੀ ਨਿਕਲ ਕੇ ਆਇਆ ਹੈ ਸਰੀਰ ਬਦਲਦੇ ਆ ਰੂਹਾਂ ਉਹੀ ਹੁੰਦੀਆਂ ਨੇ ਔਰ 5 ਸਾਲ ਦੇ ਸੀ ਕਿ ਜਦੋਂ ਉਹ ਫਕੀਰੀ ਕੀਤੀ ਤੇ ਦਾਦਾ ਸਰਕਾਰ ਨੂੰ ਜੋ ਛੱਡ ਗਏ ਕੱਚਾ ਵਿਹੜਾ ਸੀ ਤੇ ਦਾਦਾ ਸਰਕਾਰ ਨੇ ਸਿਰ ਤੇ ਗੋਹਾ ਟੋ ਟੋ ਕੇ ਉਹਨੂੰ ਲਿਪ ਕੇ ਯਾਰ ਨੂੰ ਰਾਜੀ ਕਰਨਾ ਤੇ ਤੁਸੀਂ ਇਸ ਹਿਸਾਬ ਨਾਲ ਅੱਜ 32 33 ਸਾਲ ਦੀ ਉਮਰ ਹੈ ਤੇ ਸਿਰ ਚ ਰੋੜੇ ਖਾਦੇ ਆ ਤੇ ਜਦੋਂ ਰੋੜੇ ਖਾਦੇ ਸਿਰ ਦੇ ਵਿੱਚ ਦਾਤਾ ਸਰਕਾਰ ਨੇ ਔਰ ਬਾਹਰ ਬੈਠਣਾ ੱੱਕੇ ਮਾਰ ਕੇ ਬਾਹਰ ਕੱਢਦਾ ਜਾ ਓਏ ਤੇਰੇ ਵਾਸਤੇ ਇਹ ਇਮਤਿਹਾਨ ਹੁੰਦਾ ਜਾ ਨਹੀਂ ਤੇਰੇ ਵਾਸਤੇ ਦੀ ਫਕੀਰੀ ਫੇਰ ਵੀ ਐ ਬੈਠੇ ਰਹਿਣਾ ਬਾਹਰ ਫੇਰ ਸਰਕਾਰਾਂ ਦੇ ਗੁਰੂ ਜੀ ਗੁਰੂ ਜਨਾਂ ਨੇ ਬੁਲਾਉਣਾ ਓਏ ਬਾਹਰੋਂ ਬੁਲਾ ਕੇ ਲਿਆ ਓਏ ਇੱਕ ਮੁੰਡਾ ਬੈਠਾ ਹੈ ਹਾਂਜੀ ਓ ਕੀ ਚਾਹੁੰਦਾ ਹੈ ਬਸ ਤੁਸੀਂ ਚਾਹਦੇ ਜੀ ਆਹ ਕੀ ਵੱਜਿਆ ਜੀ ਆਹ ਤੇ ਫੁੱਲ ਵੱਜਿਆ ਜੀ ਜਾ ਕਹਿੰਦੇ ਜੇ ਫਿਰ ਜੋ ਫੁੱਲ ਵੱਜਿਆ ਤੇ ਅਸ ਤੋਂ ਬਾਅਦ ਫੁੱਲੀ ਵਰਸਣਗੇ ਅੱਜ ਦਰਬਾਰ ਦੇ ਉੱਪਰ ਗੁਲਾਬ ਦੇ ਫੁੱਲ ਵਰਸਾਈ ਜਾਂਦੇ ਜਿਹੜਾ ਵੀ ਦਰਬਾਰ ਤੇ ਜਾਂਦਾ ਬਾਪੂ ਜੀ ਨੂੰ ਫੁੱਲ ਲੈ ਕੇ ਜਾਂਦਾ ਉਹਨਾਂ ਨੂੰ ਇੱਕ ਚੀਜ਼ ਬੜੀ ਪਸੰਦ ਹੈ ਮੈਂ ਅੱਜ ਇਸ ਇੰਟਰਵਿਊ ਰਾਹੀਂ ਕਹੂੰਗਾ ਜਿੰਨੇ ਵੀ ਬਕਰਪੁਰ ਜਾਣਾ ਹੈ ਨਾ ਤੁਹਾਨੂੰ ਲੋੜ ਬਰਫੀ ਨਾ ਲੱਡੂ ਨਾ ਤੁਹਾਨੂੰ ਕੁਝ ਲੈ ਕੇ ਜਾਣ ਦੀ ਕੋਈ ਤੁਸੀਂ ਤੋਹਫਾ ਲੈ ਕੇ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਚੀਜ਼ ਜ਼ਰੂਰ ਲੈ ਕੇ ਜਾਓ ਗੁਲਾਬ ਦਾ ਫੁੱਲ ਜ਼ਰੂਰ ਬਾਪੂ ਨੂੰ ਬੜਾ ਪਸੰਦ ਹੈ ਜੇ ਤੁਸੀਂ ਗੁਲਾਬ ਦਾ ਫੁੱਲ ਦੋਗੇ ਉਹਦਾ ਚਿਹਰਾ ਗੁਲਾਬ ਵਾਂਗੂ ਖਿੜਿਆ ਰਹੂਗਾ ਔਰ ਤੁਹਾਨੂੰ ਉਸ ਤੋਂ ਵੱਧ ਕੇ ਦੁਆਵਾਂ ਦੇਣਗੇ ਔਰ 32 ਸਾਲ 33 ਸਾਲ ਦੀ ਅਜੇ ਉਮਰ ਦੇ ਵਿੱਚ ਜਿੱਡੀ ਫਕੀਰੀ ਕਰ ਰਹੇ ਹੈ ਮੈਨੂੰ ਲੱਗਦਾ ਕੋਈ ਹੋਰ ਇਹਨੂੰ ਸੰਭਾਲ ਪਾ ਤੇ ਜਿਹੜਾ ਮੇਲਾ ਹੋਇਆ ਸੀਗਾ ਬਕਰਵਨੋਂ ਪਿੱਛੇ ਮੇਲਾ ਹੋ ਕੇ ਡੇ ਬਾਬਾ ਜੀ ਵੀ ਸੀਗੇ ਉੱਥੇ ਤੇ ਤੁਸੀਂ ਗਾਣੇ ਗਾਇਆ ਸੀ ਉੱਥੇ ਤੁਸੀਂ ਮੇਲਾ ਲੁੱਟ ਲਿਆ ਸੀ ਉੱਥੇ ਤੁਸੀਂ ਨੇ ਤੇ ਲੋਕਾਂ ਨੇ ਫਿਰ ਕਿਹੜਾ ਗਾਣਾ ਡਿਮਾਂਡ ਕੀਤਾ ਜ਼ਿਆਦਾ ਕਿਹੜਾ ਗਾਣਾ ਗਾਇਆ ਸੀ ਕਿਹਦੀ ਡਿਮਾਂਡ ਜ਼ਿਆਦਾ ਹੋਈ ਸੀਗੀ ਗਾਣੇ ਦੀ ਉਹ ਸਾਨੂੰ ਸੁਣਾ ਦਿਓ ਦੋ ਲਾਈਨਾਂ ਉਹਦੀਆਂ ਬਿਲਕੁਲ ਉਹ ਭਾਜੀ ਮੈਂ ਮੈਂ ਉੱਥੇ ਜਦੋਂ ਸਟੇਜ ਤੇ ਛੜਿਆ ਕਿਉਂਕਿ ਗੱਲ ਉੱਥੇ ਆ ਕੇ ਮੁੱਕਦੀ ਹੈ ਇੱਕ ਨੁਕਤੇ ਜਦੋਂ ਦਰਬਾਰ ਤੇ ਜਾਈਏ ਕੀ ਸੋਚ ਕੇ ਜਾਣਾ ਤੁਸੀਂ ਆਪਣਾ ਪਾਂਡਾ ਹਮੇਸ਼ਾ ਮਾਂਜ ਕੇ ਰੱਖੋ ਹੂੰ ਪਾਂਡਾ ਕਿਹੜਾ ਆਤਮਾ ਦਾ ਅੰਦਰ ਦਾ ਭਾਂਡਾ ਫਕੀਰ ਦੀ ਰਮਜ਼ ਦਾ ਕੋਈ ਨਹੀਂ ਪਤਾ ਕਿਸ ਵੇਲੇ ਕੀ ਤੁਹਾਨੂੰ ਦੇ ਦੇਵੇ ਭਾਂਡਾ ਤਿਆਰ ਰੱਖੋ ਹੁਣ ਤੁਸੀਂ ਇੱਕ ਵਾਰੀ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹੂੰਗਾ ਮੈਂ ਗੱਲ ਉੱਥੇ ਲਿਆਉਂਗਾ ਤੁਸੀਂ ਜੋ ਸਵਾਲ ਪੁੱਛਿਆ ਅਸੀਂ ਜਦੋਂ ਪਾਠ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਤੇ ਬਹੁਤ ਸਾਰੇ ਨਾ ਬਹੁਤ ਸਾਰੇ ਨਵੇਂ ਜਦੋਂ ਚਾਹੋ ਪੈਣਾ ਜਾਂ ਭਰਾ ਪਾਠ ਪੜ੍ਹਦੇ ਗਲਤ ਵਿਚਾਰ ਬੜੇ ਆਉਂਦੇ ਮਨ 'ਚ ਧਿਆਨ ਪਾਠ 'ਚ ਹੋਊਗਾ ਗਲਤ ਵਿਚਾਰ ਕੋਈ ਗੰਦੀਆਂ ਚੀਜ਼ਾਂ ਉਹ ਕਿਉਂ ਆਉਂਦੀਆਂ ਨੇ ਇਹ ਮੈਂ ਦਾਤਾ ਸਰਕਾਰ ਤੋਂ ਸਿੱਖਿਆ ਮੈਂ ਪਾਪੂ ਨੂੰ ਪੁੱਛਿਆ ਵੀ ਕਿਉਂ ਆਉਂਦੀਆਂ ਪਾਪਾ ਜੀ ਕਹਿਣ ਲੱਗੇ ਕਹਿੰਦੇ ਪੁੱਤ ਕਹਿੰਦਾ ਤੁਸੀਂ ਜਦੋਂ ਦੁੱਧ ਨੂੰ ਭਾਂਡੇ ਚ ਪਾਉਂਦੇ ਹੋ ਨਾ ਤੇ ਭਾਂਡੇ ਨੂੰ ਸਾਫ਼ ਕਰਕੇ ਪਾਉਂਦੇ ਹੋ ਕਹਿੰਦਾ ਜਦੋਂ ਇਹ ਸਤਿਗੁਰ ਤੁਹਾਨੂੰ ਗੁਰੂ ਨਾਨਕ ਪਾਸ਼ਾ ਆਪਣੀ ਗੁਰਬਾਣੀ ਦਾ ਪ੍ਰਵੇਸ਼ ਤੁਹਾਡੇ ਅੰਦਰ ਕਰਦਾ ਨਾ ਅੰਦਰੋਂ ਸਭ ਗੰਦਗੀ ਸਾਫ਼ ਕਰ ਦਿੰਦਾ ਤੁਹਾਡੀ ਨੇਗੇਟਿਵਿਟੀ ਬਾਹਰ ਮਾਰਦਾ ਚੱਕ ਕੇ ਕਿਉਂਕਿ ਉਹ ਚੰਗੀ ਚੀਜ਼ ਪੈ ਰਹੀ ਹੈ ਗੁਰਬਾਣੀ ਜਿਹਨੂੰ ਜਿਹਦੇ ਅਗੇ ਸਾਇੰਸ ਵੀ ਫੇਲ ਹੋ ਗਈ ਉਹ ਜਦੋਂ ਅੰਦਰ ਜਾ ਰਹੀ ਹੈ ਤੇ ਉਹ ਅੰਦਰੋਂ ਸਾਫ਼ ਹੁੰਦਾ ਤਾਂ ਕਰਕੇ ਬੁਰੇ ਖਿਆਲ ਆਉਣੇ ਕੋਈ ਵੱਡੀ ਗੱਲ ਨਹੀਂ ਉਹ ਸਾਫ਼ ਹੋ ਰਿਹਾ ਚੰਗੀ ਗੱਲ ਹੈ ਠੀਕ ਹੈ ਅੰਦਰੋਂ ਸਾਫ਼ ਹੋ ਰਿਹਾ ਉਹ ਜਦੋਂ ਮੈਂ ਸਟੇਜ ਤੇ ਚੜਿਆ ਮੈਂ ਸੋਚ ਕੇ ਨਹੀਂ ਚੜਿਆ ਮੈਂ ਸਿਰਫ ਇਹ ਸੋਚ ਕੇ ਚੜਿਆ ਸੀ ਵੀ ਮੈਂ ਯਾਰ ਰਾਜੀ ਕਰਨਾ ਹੈ ਤਾਂ ਜਿਹੜੀ ਉਸ ਵੇਲੇ ਸਟੇਜ ਦੇ ਉੱਪਰ ਜਿਹੜੀ ਮੈਂ ਪੱਗ ਬੰਨੀ ਹੈ ਉਹ ਪੱਗ ਮੈਨੂੰ ਪਿਛਲੇ ਮੇਲੇ ਤੇ ਮੇਰੇ ਮੇਰੇ ਖਸਮ ਨੇ ਮੇਰੇ ਸਿਰ ਤੇ ਬੰਨੀ ਸੀ ਭਾਜੀ ਉਹ ਪੱਗ ਜਦੋਂ ਮੈਂ ਸਿਰ ਤੇ ਬੰਨੀ ਆ ਉਸ ਪੱਗ ਨੇ ਮੈਨੂੰ ਇੰਨਾ ਜੋਸ਼ ਲਿਆਂਦਾ ਪੈਰਾਂ ਚ ਕੰਗਰੂ ਸਰਕਾਰਾਂ ਨੇ ਜੁਦ ਦਿੱਤੇ ਬੰਨੇ ਤੇ ਉੱਥੇ ਮੈਂ ਜਿਹੜੀ ਕਵਾਲੀ ਗਈ ਸੀ ਉਹ ਸਾਡੀ ਆਪਣੀ ਲਿਖੀ ਕਵਾਲੀ ਵੇਖੀ ਜਾ ਪਰ ਛੇੜੀ ਨਾ ਇੱਕ ਚੀਜ਼ ਹੈ ਮਸਤ ਮਸਤ ਉਸ ਕਵਾਲੀ ਦੇ ਜਰੀਏ ਇੰਨਾ ਕ ਪਿਆਰ ਮਿਲਿਆ ਉਸ ਕਵਾਲੀ ਨੂੰ ਤੁਸੀਂ ਸੁਣਿਓ ਧਿਆਨ ਨਾਲ ਤੁਹਾਨੂੰ ਅਸਲ ਫਕੀਰੀ ਦਾ ਅਸਲ ਗੁਰੂ ਦਾ ਅਸਲ ਸੱਚ ਦਾ ਪਤਾ ਲੱਗ ਜੂਗਾ ਵੀ ਫਕੀਰੀ ਹੁੰਦੀ ਕੀ ਹੈ ਮੁਰੀਦੀ ਹੁੰਦੀ ਕੀ ਹੈ ਤੇ ਉਹ ਉਹ ਕਵਾਲੀ ਜਦੋਂ ਮੈਂ ਗਾਈ ਤੇ ਉਹਦਾ ਬੜਾ ਪਿਆਰ ਮਿਲਿਆ ਉਹ ਕਵਾਲੀ ਸੀਗੀ ਵੇਖੀ ਜਾ ਪਰ ਛੇੜੀ ਨਾ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ ਮਸਤ ਉਹਦਾ ਮਤਲਬ ਹੈ ਕਹਿੰਦੇ ਜੇ ਤੂੰ ਰੱਬ ਵਾਲੀ ਲਾਈਨ 'ਚ ਆਉਣਾ ਹੈ ਫੇਰ ਤੇ ਲਾ ਸਭ ਕੁਝ ਤੇ ਆ ਜਾ ਜੇ ਨਹੀਂ ਤੇ ਫਿਰ ਦੇਖ ਫਿਰ ਅੰਦਰ ਆਉਣ ਦੀ ਲੋੜ ਨਹੀਂ ਇਹ ਤੱਪ ਥੋੜਾ ਟੇਡਾ ਹੈ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ ਮਸਤ ਹੋ ਜਿਹੜਾ ਇਸ ਵੱਲ ਤੱਕ ਵੀ ਲੈਂਦਾ ਜਿਹੜਾ ਇਸ ਵੱਲ ਤੱਕ ਵੀ ਲੈਂਦਾ ਉਹ ਪੈਂਦਾ ਪੈਂਦਾ ਸਖਤ ਸਖਤ ਵੇਖੀ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ-ਮਸਤ ਬੁੱਲੇ ਸ਼ਾਹ ਨੇ ਯਾਰ ਦੀ ਖਤਰ ਪੈਰਾਂ ਦੇ ਵਿੱਚ ਚਾਂਜਰ ਪਾਈ ਸ਼੍ਰੀ ਨੇ ਫਰਿਆਦ ਦੇ ਕੋਲੋਂ ਟੇਸੇ ਦੇ ਨਾਲ ਨਹਿਰ ਖੋਦਾਈ ਇਹ ਵੀ ਇਸ਼ਕ ਸੀ ਇੱਕ ਟੇਸੇ ਦੇ ਨਾਲ ਕਿੱਡਾ ਘਟੇਸਾ ਹੁੰਦਾ ਰੰਬੀ ਦੇ ਨਾਲ ਕਿੰਨੀ ਮੀਲ ਦੀ ਨਹਿਰ ਪੱਟਦੀ ਸੀਗੀ ਇਸ਼ਕ ਵਿੱਚ ਆ ਕੇ ਸ਼੍ਰੀ ਨੇ ਸ਼ੀਰ ਨੇ ਫਰਿਆਦ ਦੇ ਕੋਲੋਂ ਟੇਸੇ ਦੇ ਨਾਲ ਨਹਿਰ ਖੋਦਾਈ ਸੋਹਣੀ ਖਾਤਰ ਮਹੀਵਾਲ ਨੇ ਪੱਟ ਦੀ ਟੁਕੜੀ ਚੀਰ ਖਵਾਈ ਹੀਰ ਦੀ ਖਾਤਰ ਰਾਂਝੇ ਨੇ ਸੀ ਹੀਰ ਦੀ ਖਾਤਰ ਰਾਂਝੇ ਨੇ ਸੀ ਉਹ ਛੱਡਿਆ ਤਖਤ ਹਜ਼ਾਰ ਤਖਤ ਵੇਖ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ-ਮਸਤ ਵੇਖ ਜਾ ਪਰ ਛੇੜੀ ਨਾ ਇਸ਼ਕ ਚੀਜ਼ ਹੈ ਮਸਤ-ਮਸਤ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਐਦਾਂ ਤੁਹਾਡੀ ਗਾਇਕੀ ਹੈ ਵੀ ਤੁਸੀਂ ਜਿੱਦਾਂ ਲੱਗਦਾ ਵੀ ਬਹੁਤ ਪੜ੍ਹੇ ਲਿਖੇ ਹੋ ਕਾਫੀ ਕਿਤਾਬਾਂ ਪੜ੍ਹੀਆਂ ਹੋ ਤੁਸੀਂ ਨੇ ਵੀ ਐਦਾਂ ਤੁਸਾਂ ਨੂੰ ਕਾਫੀ ਨੌਲੇਜ ਹੈ ਗੀਤਾਂ ਦੇ ਵਿੱਚ ਝਲਕਦਾ ਹੋ